ਕੇ ਨੀਰਾ ਚ ਰੱਖਿਆ ਹੋਇਆ ਸੀ ਉੱਪਰ ਕੋਈ ਨਾ ਛੱਡ ਤੂੰ ਚਾਹ ਦਿੱਤਾ ਯਾਰ ਭੁੱਖ ਲੱਗੀ ਤੁਸੀਂ ਉਦਾਸ ਕਿਉਂ ਹੋ ਬੈਠ ਕੇ ਹੈ ਕੀ ਗੱਲ ਕੋਈ ਨਹੀਂ ਗੱਲ ਕੋਈ ਕੱਲ ਕਿਉਂ ਨਹੀਂ ਕੋਈ ਗੱਲ ਨਹੀਂ ਅਪਸੈਟ ਕਿਉਂ ਛੱਡ ਰਿਹਾ ਨਹੀਂ ਦੱਸੋ ਮੈਨੂੰ ਕੀ ਹੋਇਆ ਫਾਇਦਾ ਨਹੀਂ ਗੱਲ ਕਰਨ ਦਾ ਕੋਈ ਓਹੋ ਜੇ ਕੋਈ ਪ੍ਰੋਬਲਮ ਹੈ ਮੇਰੇ ਨਾਲ ਸ਼ੇਅਰ ਕਰੋਗੇ ਫਿਰ ਕਿੰਨਾ ਕਰੋ ਆ ਮੈਰਿਜ ਸਰਟੀਫਿਕੇਟ ਦਾ ਕੀ ਚੱਕਰ ਆ ਇਦਾਂ ਤਾਂ ਨਹੀਂ ਆ ਸਕਦਾ ਉਹਦੇ ਕੋਈ ਗੱਲ ਹੈ ਦੱਸੋ ਉਦੋਂ ਮੈਂ ਬੈਠਾ ਸੀਗਾ ਦੇਖਦਾ ਵੀ ਹਰ ਇੱਕ ਚੀਜ਼ ਦੀ ਸਾਲੀ ਐਕਸਪਾਇਰੀ ਡੇਟ ਹੁੰਦੀ ਹੈ ਮੈਰਿਜ ਸਰਟੀਫਿਕੇਟ ਦੀ ਐਕਸਪਾਇਰੀ ਗਈ ਰੀਨਿਊ ਡੇਟ ਵੀ ਹੈ ਨਹੀਂ ਗੀ ਜੇ ਅਸੀਂ ਜਨਾਨੀਆਂ ਬੈਠੀਆਂ ਨਾ ਤਾਂ ਹੀ ਤੁਹਾਡੀ ਮਨਿਆਦ ਹੈ ਜ਼ਿੰਦਗੀ ਦੀ ਨਹੀਂ ਕਦੇ ਐਕਸਪਾਇਰ ਹੋਏ ਹੁੰਦੇ ਇਹਦੇ 'ਚ ਕੀ ਭਾਲਦੇ ਹੋ ਐਕਸਪਾਇਰੀ ਡੇਟਾਂ ਮੈਂ ਅੱਜ ਐਕਸਪਾਇਰ ਕਰ ਦਿੰਦੀ ਹਾਂ ਦੋ ਦਿਨ ਕੱਟ ਕੇ ਦਿਖਾ ਦਿਓ ਮੈਨੂੰ ਮੇਰੇ ਤੋਂ ਕਿਹਾ ਤੁਸੀਂ ਯਾਰ ਦੁਖਦੀ ਹੈ ਬਹੁਤ ਜ਼ਿਆਦਾ ਜੋ ਕੁਛ ਮਰਜ਼ੀ ਤੁਹਾਡਾ ਦੁਖੇ ਮੇਤੋਂ ਅੱਕ ਗਏ ਉਹ ਵੈਸੀ ਗੱਲ ਕਰਦਾ ਹਰ ਇੱਕ ਚੀਜ਼ ਦੀ ਮਨਿਆਦ ਹੁੰਦੀ ਹੈ ਨਾ ਵੀ ਕਈ ਵਾਰ ਮੈਂ ਦੇਖਦੇ ਬੰਦਾ ਤੁਹਾਡੀ ਕਦੇ ਕੱਲ ਹੁਕਮ ਦੀ ਮਨਿਆਦ ਸਾਡੇ ਲਾਈਫ ਲਾਈਨ ਦੇ ਰੱਖੀ ਹੈ ਸਾਨੇ ਬੇਸ਼ਰਮ ਨੂੰ ਕਹਿੰਦੇ ਨੇ ਸ਼ਰਮ ਨਹੀਂ ਆਉਂਦੀ ਐਕਸਪਾਇਰੀ ਡੇਟ ਲੱਭ ਰਹੇ ਨੇ ਮੇਰੇ ਮੈਰਿਜ ਸਰਟੀਫਿਕੇਟ ਮੈਂ ਕਿੰਨੇ ਪਿਆਰ ਨਾਲ ਖਾਣਾ ਲਗਾਉਣ ਦੀ ਗੱਲ ਕਰ ਰਹੀ ਹਾਂ ਮੈਨੇ ਰਹਿਣਾ ਹੀ ਨਹੀਂ ਹੁਣ ਤੇਰੇ ਨਾਲ ਚਲੀਆਂ ਮੈਂ ਆਪਣੇ ਪੇਕਿਆਂ ਨੂੰ ਆਪਣਾ ਲਵ ਯੂ ਹੈ ਐਨੀ ਗੱਲ ਮੈਂ ਹੁਣ ਦੇਖੋ ਤੁਹਾਨੂੰ ਕੁਛ ਨਾ ਕੁਛ ਸੋਚਣਾ ਪੈਣਾ ਜਾਂ ਤੁਸੀਂ ਐਕਸਪਾਇਰ ਡੇਟ ਭਾਲ ਹੀ ਰਹੇ ਹੋ ਇੱਕ ਪਲ ਨੀ ਤੂੰ ਕੱਟ ਸਕਦਾ ਮੇਰੇ ਬਿਨਾਂ ਇੱਕ ਪਲ ਮੈਂ ਕੱਟਣਾ ਚਾਹੁੰਦਾ ਪਰ ਮੈਂ ਜਾ ਰਹੀ ਹਾਂ ਚਲ ਲੁੱਕ ਨਹੀਂ ਯੂ ਆਰ ਮਾਈ ਵਨ ਆਫ ਦਾ ਬੈਸਟ ਵਾਈਫ ਨੋ ਵੇ ਆਈ ਐਮ ਦਾ ਓਨਲੀ ਵਨ ਵਾਟ ਡੂ ਯੂ ਮੀਨ ਨਹੀਂ ਬੈਸਟ ਵਾਈਫ ਮਤਲਬ ਕਿਹਾ ਕਿੰਨੀ ਹੈ ਕਿਨੇ ਯਾਰ ਮੈਂ ਕੀ ਕਿਹਾ ਬੈਸਟ ਵਾਈਫ ਕਿਹਾ ਨਹੀਂ ਅੱਛਾ ਕੁਝ ਹੋਰ ਕਹਿਣ ਲੱਗੇ ਸੀ ਤੁਸੀਂ ਭੇੜ ਖਾ ਕੇ ਵੀ ਨਾ ਰੱਜੇ ਨਹੀਂ ਮੈਂ ਕਿਹਾ ਯਾਰ ਮੈਂ ਉਹਨਾਂ ਨਾਲ ਪੋਚਾ ਮਾਰਨਾ ਸੀ ਹਾਏ